ਸਸੀ ਗਾਲ ਵੇਲਿਓ ਬਹੁਤ ਬਹੁਤ ਸਵਾਗਤ ਅੱਜ ਦੀ ਵੀਡੀਓ ਵਿੱਚ ਤੇ ਅੱਜ ਦੀ ਵੀਡੀਓ ਥੋੜੀ ਜਿਹੀ ਅਲੱਗ ਹੋਣ ਜਾ ਰਹੀ ਆ ਤੁਹਾਨੂੰ ਇੱਕ ਨਵਾਂ ਸੰਦ ਦਿਖਾਉਣੇ ਆ ਬੰਬ ਵੀ ਕਹਿ ਸਕਦੇ ਆ ਨਵੀਂ ਆਈਟਮ ਆ ਤੇ ਇਹਨੂੰ ਵੇਲਿਓ ਆ ਜਿਹੜਾ ਤੁਸੀਂ ਟੈਚੀਆ ਦੇਖਦੇ ਹੋ ਉਹਦੇ ਵਿੱਚ ਆ ਗਿੰਬਲ ਤੇ ਗਿੰਬਲ ਦਾ ਕੰਮ ਕੀ ਹੁੰਦਾ ਕੈਮਰਾ ਹਿੱਲਣ ਨਹੀਂ ਦਿੰਦਾ ਇਹ ਕੈਮਰੇ ਨੂੰ ਸਟੇਬਲ ਰੱਖਦਾ ਤੇ ਜਿਵੇਂ ਹੁਣ ਤੁਹਾਨੂੰ ਪਤਾ ਵੀ ਆਪਾਂ ਘੂੜੀਆਂ ਘੂੜੀਆਂ ਵਾਲੀਆਂ ਵੀਡੀਓ ਬਣਾਉਨੇ ਆ ਘੂੜੀਆਂ ਵਾਲੀ ਵੀਡੀਓ ਵਿੱਚ ਕਈ ਵਾਰੀ ਨਾ ਐਵੇਂ ਹੁੰਦਾ ਨਾਲ ਪਹੀ ਤੇ ਘੋੜੇ ਦੇ ਨਾਲ ਭੱਜਣਾ ਪੈ ਜਾਂਦਾ ਜਾਂ ਘੂੜੀ ਦੇ ਤੇ ਉਦੋਂ ਫਿਰ ਕੈਮਰਾ ਬਿੱਲੀਓ ਭਜਦਾ ਤੋਂ ਫਿਰ ਰੱਬ ਕੰਨੀ ਹੋ ਜਾਂਦਾ ਤੇ ਇਕੱਲੇ ਬੱਦਲ ਹੀ ਦੇਖਦੇ ਆ ਘੂੜੀ ਘੂੜੀ ਤੱਕ ਕਿਧਰੇ ਜਾਂਦੀ ਆ ਤੇ ਉਸ ਕਰਕੇ ਬਿੱਲੀਓ ਸਾਨੂੰ ਇਹਦੇ ਤੇ ਥੋੜੇ ਜੇ ਕਰਨੇ ਪੈਗੇ ਲਾਉਣੇ ਪੈਗੇ ਰੁਪਏ ਤੇ ਕੋਈ ਵੀ ਜਦੋਂ ਆਪਾਂ ਚੀਜ਼ ਲੈਨੇ ਆ ਮਿਹਨਤ ਕਰਕੇ ਤਾਂ ਉਹਦੀ ਖੁਸ਼ੀ ਹੁੰਦੀ ਆ ਤੇ ਉਹ ਖੁਸ਼ੀ ਤੁਹਾਡੇ ਨਾਲ ਭਰਾਵਾਂ ਨਾਲ ਸਾਂਝੀ ਕਰਨ ਉਹ ਜੀ ਕੀਤਾ ਮਾਹ ਚਲੋ ਨਾਲੇ ਇਹਦੇ ਤੁਹਾਨੂੰ ਫੰਕਸ਼ਨ ਦੱਸ ਦਿਆਂਗੇ ਕੀ ਆਈਟਮ ਆ ਕੀ ਚੀਜ਼ ਆ ਤੇ ਇਹ ਤੁਹਾਨੂੰ ਦਿਖਾਈਏ ਤੇ ਪਹਿਲਾਂ ਦਰਸ਼ਨ ਕਰਾਈਏ ਇਹ ਮੋਜਾ ਕੰਪਨੀ ਦਾ ਵੈਲੀਓ ਮੋਜਾ 에ਅਰਕ੍ਰੋਸ 2A ਦਾ ਮਾਡਲ ਆ ਤੇ ਆਟੈਚੀ ਜ ਆ ਪਹਿਲਾਂ ਤਾਂ ਆਟੈਚੀ ਬਹੁਤ ਸੋਹਣਾ ਦਿੱਤਾ ਪਤੰਦਰਾਂ ਨੇ ਬਾਹਰਲੇ ਦੇਖਣ ਵਾਲੇ ਬੰਦੇ ਨੂੰ ਐ ਲੱਗਦਾ ਵੀ ਪਤਾ ਨਹੀਂ ਕੀ ਆਈਟਮ ਲਈ ਫਿਰਦੇ ਆ ਪਤੰਦਰ ਤੇ ਇਹਦੇ ਵਿੱਚ ਤੁਹਾਨੂੰ ਦੱਸੀ ਆਹਾ ਵੈਲੀਓ ਆ ਗਿਆ ਆਪਣਾ ਮੇਨ ਜਿਹੜਾ ਗਿੰਬਲ ਮੇਡਾ ਮੇਨ ਥੰਦਾ ਜਿਹਦੇ ਤੇ ਕੈਮਰਾ ਲੱਗਦਾ ਆਹਾ ਮੇਨ ਗਿੰਬਲ ਆ ਵੈਲੀਓ ਇਹ ਗਿੰਬਲ ਆ ਗਿਆ ਇਹਦੇ ਤੇ ਕੈਮਰਾ ਕਸਿਆ ਜਾਂਦਾ ਆ ਬ੍ਰੈਕਟ ਜੀ ਇਹਨੂੰ ਅੱਲ ਬ੍ਰੈਕਟ ਪਤਾ ਨਹੀਂ ਕੀ ਕਹਿੰਦੇ ਨੇ ਤੇ ਕੈਮਰਾ ਕਸਿਆ ਜਾਂਦਾ ਆਹ ਇੱਕ ਹੋਰ ਆ ਗਈ ਇਹਦੇ ਤੇ ਵੀ ਕੈਮਰਾ ਕਸਿਆ ਜਾਂਦਾ ਤੇ ਆਹਾ ਕਸਿਆ ਜਾਂਦਾ ਤੇ ਥੱਲੇ ਗਿੰਬਲ ਦੇ ਪਤਾ ਟਾਇਰ ਟੱਕਾ ਮੋਬਿਲਿਓ ਇਹ ਇਹਦੇ ਥੱਲੇ ਕਸਿਆ ਜਾਂਦਾ ਆਹ ਥਾਂ ਤੇ ਫੜਨਾ ਸੌਖਾ ਹੋ ਜਾਂਦਾ ਜੇ ਆਪਾਂ ਟਕਾਉਣਾ ਚਾਹਣੇ ਤਾਂ ਲੱਤਾਂ ਜਿਹੀਆਂ ਦੀਆਂ ਖਿੰਡ ਜਾਂਦੀਆਂ ਨੇ ਆਪਾਂ ਧਰ ਵੀ ਸਕਦੇ ਆ ਲੋੜੇ ਖਿੰਡ ਜਾਂਦੀਆਂ ਤੇ ਇਹਦਾ ਮੈਂ ਤੁਹਾਨੂੰ ਦੱਸ ਦਿੰਦਾ ਵੀ ਬੈਲੀਓ ਇਹ ਕੈਮਰੇ ਨੂੰ ਸਿੱਧਾ ਚਾਹੇ ਤੁਸੀਂ ਭੱਜੇ ਜਾਂਦੇ ਹੋ ਐਂਗਲ ਨੇ ਸਿੱਧਾ ਹੀ ਰਹਿਣਾ ਤੇ ਸਿੱਧਾ ਇਹ ਰਹਿੰਦਾ ਬੈਲੀਓ ਮੋਟਰਾਂ ਕਰਕੇ ਤੇ ਤਿੰਨ ਮੋਟਰਾਂ ਲੱਗੀਆਂ ਇੱਕ ਆ ਵੀ ਮੋਟਰ ਆ ਆ ਵੀ ਮੋਟਰ ਤੇ ਆ ਵੀ ਮੋਟਰ ਹੈ ਇਹ ਤਿੰਨੇ ਮੋਟਰਾਂ ਇਹ ਉੱਤੇ ਥੱਲੇ ਹੂਈ ਜਾਂਦੀਆਂ ਕੈਮਰੇ ਨੂੰ ਇਹ ਹਿੱਲਣ ਦਿੰਦੀਆਂ ਤੇ ਜਦੋਂ ਕੈਮਰੇ ਦੀ ਵੀਡੀਓ ਚੱਲਦੀ ਹੈ ਨਾ ਤਾਂ ਇਹ ਲੱਗਦਾ ਜਿਵੇਂ ਮੈਂ ਰੇਲ ਗੱਡੀ 'ਚ ਬੈਠੇ ਆਂ ਅੱਜ ਮੈਂ ਰੇਲ ਗੱਡੀ ਇੱਕ ਸਾਰ ਚੱਲਦੀ ਨਾ ਐ ਸਿੱਧੀ ਸਿੱਧੀ ਚਾਹੇ ਤੁਸੀਂ ਭੱਜੇ ਜਾਂਦੇ ਹੋ ਪਰ ਕੈਮਰੇ ਦੀ ਜਿਹੜੀ ਵੀਡੀਓ ਉਹ ਸਿੱਧੀ ਰਹੂਗੀ ਇਹਦਾ ਆਹ ਫਾਇਦਾ ਹੈ ਤੇ ਹੁਣ ਤੁਹਾਨੂੰ ਡੱਬਾ ਡੱਬਾ ਰੱਖ ਕੇ ਆ ਕੇਬਲ ਵਗੈਰਾ ਵੀ ਆਉਂਦੀ ਆ ਕੇਬਲਾਂ ਇਹਦੇ ਚ ਕਾਫੀ ਆਉਂਦੀਆਂ ਨੇ ਆ ਡੱਬੀ ਕੇਬਲਾਂ ਦੀ ਭਰੀ ਹੈ ਤੇ ਕੋਈ ਵੀ ਕੈਮਰੇ ਨਾਲ ਜੇ ਤੁਸੀਂ ਕਨੈਕਟ ਕਰਨਾ ਚਾਹੋ ਨੇ ਇਹਦੀ ਲਿਸਟ ਦਿੱਤੀ ਹੋਊਗੀ ਇਹਦੇ ਡੱਬੇ ਤੇ ਤਾਂ ਉਹ ਕੈਮਰਾ ਨਾਲ ਕਨੈਕਟ ਹੋ ਜਾਂਦੀ ਆ ਸਾਰਿਆਂ ਕੈਮਰੇ ਦੀਆਂ ਵੀ ਸੈਟਿੰਗਾਂ ਸੂਟਿੰਗਾਂ ਬਟਨ ਦਿੱਤੇ ਆ ਇਹਦੇ ਤੇ ਇੱਥੋਂ ਹੀ ਕੰਟਰੋਲ ਹੋਈ ਜਾਂਦੇ ਜਿਵੇਂ ਆਹ ਦੇ ਤੱਲੇ ਲਲੜ ਬਲੜ ਜਾਏਦੇ ਹਨ ਇਹਦੇ ਤੋਂ ਇਧਰ ਉਧਰ ਤੇ ਆਓ ਹੁਣ ਆਪਾਂ ਇਹਦੇ ਤੇ ਇਹਨੂੰ ਕੈਮਰੇ ਤੇ ਕਰਦੇ ਆ ਸੈਟ ਤੇ ਕੈਮਰੇ ਤੇ ਸੈੱਟ ਕਰਕੇ ਫਿਰ ਤੁਹਾਨੂੰ ਉਹਦੇ ਸ਼ਾਟ ਵੀ ਦਿਖਾਵਾਂਗੇ ਕਹਰ ਜਿਹਾ ਕੰਮ ਕਰਦਾ ਹਨਾ ਕਿੰਨੀ ਸਮੂਥ ਵੀਡੀਓ ਚੱਲਦੀ ਆ ਤੇ ਤੁਹਾਨੂੰ ਸਾਰਾ ਡੱਗ ਬੰਗਾ ਕਰਕੇ ਦਿਖਾਉਣੇ ਆ ਤੇ ਆਹ ਜਿਹੜੀ ਬਿੱਲੀ ਉਹ LG ਆ ਇਹ LG ਨੂੰ ਆਪਾਂ ਕੈਮਰੇ ਤੇ ਕੱਸ਼ ਲਾਂਗੇ ਕੈਮਰੇ ਤੇ ਕਸ ਕੇ ਇਹਦਾ ਬੈਲੈਂਸ ਕਰਨਾ ਵੀ ਬਿਲਿਉ ਬਹੁਤ ਔਖਾ ਵੀ ਨਵੇਂ ਕਿਰਨ ਜਦੋਂ ਆਪਾਂ ਲੈਨੇ ਲੈਨੇ ਨਾ ਹੌਲੀ ਹੌਲੀ ਬਾਦ ਚ ਤਾਂ ਟਿਕ ਜਾਂਦਾ ਹੱਥੇ ਦੇ ਤੇ ਪਰ ਕਿਰਾਂ-ਕਿਰਾਂ ਇਹਦਾ ਜਿਹੜਾ ਬੈਲੈਂਸ ਕਰਨਾ ਤੱਕੜੀ ਵਾਂਗੂ ਤੋਲਣਾ ਆਪਾਂ ਕਹਿ ਸਕਦੇ ਹਾਂ ਨਾ ਤੱਕੜੀ ਮੂਹ ਤੋਲਣਾ ਇਹਨੂੰ ਬਹੁਤ ਔਖਾ ਤੇ ਆਹ ਨਟ ਜ ਆਪਾਂ ਪੂਰਾ ਕਸ ਕੇ ਟੌਰਨ ਲਾ ਕੇ ਦੇ ਤੇ ਪੂਰਾ ਜੋਰ ਉਸ ਤੋਂ ਬਾਅਦ ਆਪਾਂ ਲੈਨੇ ਇਹਦੇ ਨਾਲ ਪੰਗਾ ਤੇ ਇਹਦੇ ਆਹ ਲੋਕ ਲੱਗੇ ਹੋਇਆ ਇਹ ਲੋਕ ਸਾਰੇ ਖੋਲ ਲੈ ਪਹਿਲਾਂ ਹੋਲਕੇ ਨੂੰ ਇਸ ਹਿਸਾਬ ਨਾਲ ਸੈਟ ਜੇ ਕਰ ਲੇ ਵੀ ਆਪਾਂ ਜਿੱਥੇ ਕਿ ਜੇ ਇਹਦਾ ਲਾਉਣਾ ਕਸਣਾ ਉਹ ਹਿਸਾਬ ਨਾਲ ਇਹਨੂੰ ਕਿਰਾਂ ਸੈਟ ਜੇ ਕਰਕੇ ਇਹਦੀਆਂ ਚੂੜੀਆਂ ਦੇਵੇ ਕਾਸਾ। ਇਸ ਤੋਂ ਬਾਅਦ ਆਹ ਲੋਕ ਇੱਥੇ ਲਿਆ ਕੇ ਕਸਦੇ, ਲਾ ਦੇ ਤੇ ਇਹਨੂੰ ਇੱਥੇ ਲਾ ਦੇ ਲੋਕ। ਇਹ ਹੁਣ ਆਹ ਦੋਨੇ ਮੋਟਰਾਂ ਲੋਕ ਹੋਊਗੀਆਂ। ਆਹ ਨਹੀਂ ਹਲਦੀ। ਤੇ ਮੈਨੂੰ ਲੱਗਦਾ ਆਪਾਂ ਆਹ ਪੁੱਠੀ ਲਾਤੀ। ਕੋਈ ਨਹੀਂ ਕੋਈ ਨਹੀਂ ਤਾਂ ਇੰਝ ਹੀ ਤੁਸੀਂ ਹੋ ਜਾਓ। ਇਉਂਦੂ ਬਾਦ ਬੈਲੀ ਉਹ ਆ ਜਿਹੜੀ ਆਪਾਂ LG ਕਸੀ ਸੀ ਉਹ ਇਹਦੇ ਵਿੱਚ ਫਿੱਟ ਹੋਊਗੀ ਤੇ ਆ ਮੋਟਰ ਨੂੰ ਵੀ ਇੱਥੇ ਜੇ ਲੌਕ ਕਰ ਦੋ ਇਹ ਵੀ ਲੌਕ ਹੋ ਗਈ ਤੇ ਆ ਸਿੱਧਾ ਕੈਮਰਾ ਨੇੜੇ ਲਿਆ ਕੁਛ ਕਰਨ ਆ ਕੈਮਰਾ ਸਿੱਧਾ ਬੈਲੀਓ ਤੇ ਉਦੋਂ ਬਾਦ ਬੈਲੀਓ ਆ ਕੈਮਰਾ ਇਹਦੇ ਵਿੱਚ ਆ ਲੋਡ ਐਡ ਹੋ ਜੂ ਆ ਇਹਨੂੰ ਖਿੱਚ ਕੇ ਤੇ ਇਹਦਾ ਆਪਾਂ ਬੈਲੈਂਸ ਕਰਨਾ ਹੁਣ ਪਹਿਲਾਂ ਮੋਟਰ ਦਾ ਬੈਲੈਂਸ ਕਰਾਂਗੇ ਬੈਲੀਓ ਆਪਾਂ ਇਹਨੂੰ ਮળો ਸਿੱਧਾ ਸਿੱਧਾ ਖੜਾ ਰਵੇ ਤੱਕੜੀ ਵਾਂਗ ਤੋਲਣਾ ਹੁੰਦਾ ਇਹ ਟਾਈਮ ਦਾ ਕੰਮ ਆ ਥੋੜਾ ਜਿਹਾ ਤੇ ਮੱਥਾ ਫੂੜੀ ਮਰਵਾਉਂਦਾ ਇਹ ਉਸ ਤੋਂ ਬਾਅਦ ਬਿੱਲੀ ਹੋਏ ਦਾ ਕੰਮ ਆ ਗਿਆ ਆਹ ਮੋਟਰ ਦਾ ਹੁਣ ਇਹਦਾ ਪਾਨਲ ਓਕ ਕਰਕੇ ਦੇਖੀ ਕਿੱਧਰ ਨੂੰ ਇਧਰ ਨੂੰ ਡੇਕਦਾ ਦੇ ਤਾਂ ਹੁਣ ਇਹਨੂੰ ਵੀ ਬਰਾਬਰ ਕਰਨਾ ਹੈ ਇਹ ਹੁਣ ਕਈ ਵਾਰੀ ਇਹ ਵੀਡੀਓ ਇੱਕ ਬਣਾਉਣ ਦਾ ਮਕਸਦ ਬਿੱਲੀ ਹੋਏ ਵੀ ਆ ਕਈ ਵਾਰੀ ਮੇਰੇ ਵਰਗੇ ਭਰਾ ਅਣਜਾਣ ਹਨਾ ਲੈ ਲੈਂਦੇ ਆ ਤੇ ਬਾਅਦ ਚੋਂ ਇਹ ਕਰਨ ਆਉਂਦਾ ਨਹੀਂ ਅਸੀਂ ਵੀ ਬਾਈ ਕੀ ਦੱਸਾਂ ਤੁਹਾਨੂੰ ਅਸੀਂ ਵੀ ਤਿੰਨ ਚਾਰ ਘੰਟੇ ਮੱਥਾ ਮਾਰ ਕੇ ਨਾ ਦੇਖ ਕੇ YouTube ਤੇ ਵੀਡੀਓ ਬੂੜਗੋ ਤੇ ਅਸੀਂ ਫੇਰ ਸਿੱਖੇ ਆ ਤੇ ਹੁਣ ਮੈਂ ਚੱਲ ਇਹ ਗੱਲ ਆਪਾਂ ਆਪਣੇ ਮਿੱਤਰ ਭਰਾਵਾਂ ਨਾਲ ਜਰੂਰ ਸਾਂਝੀ ਕਰਕੇ ਉਸ ਤੋਂ ਬਾਅਦ ਬਾਈ ਜਦੋਂ ਆਹਾ ਮੋਟਰ ਦਾ ਕੰਮ ਨਿਬੜ ਗਿਆ ਇਹਨੂੰ ਆਪਾਂ ਦੇਖੋ ਹੁਣ ਬੈਲੈਂਸ ਕਰ ਲਿਆ ਹੁਣ ਇਹ ਕਿਸੇ ਪਾਸੇ ਨਹੀਂ ਡਿੱਗਦੀ ਜਿੱਥੇ ਖੜ ਗਈ ਉੱਥੇ ਖੜ ਜਣਾ ਇਹਨੇ ਆ ਦੇਖੋ ਤੇ ਹਲੇ ਹਲੇ ਵੀ ਆਊਟ ਆ ਇਹ ਤੇ ਇਹਨੂੰ ਥੋੜਾ ਜਿਹਾ ਆਪਾਂ ਮੂਲੀ ਜਿੱਦਰ ਨੂੰ ਹੋਰ ਕਰ ਦਿੰਨੇ ਆ ਤੇ ਇਹ ਵਿਚਾਲਿਆ ਕੇ ਖੜਨ ਲੱਗਿਆ ਇਹ ਬੈਲੈਂਸ ਹੋ ਗਿਆ ਸੈਟ ਤੇ ਹੁਣ ਵੇਲੇ ਉਹ ਇਦੋਂ ਬਾਅਦ ਆਉਗੀ ਮੋਟਰ ਦੀ ਇਹਦੀ ਵਾਰੀ ਇਦੋਂ ਬਾਅਦ ਇਹਦੀ ਵਾਰੀ ਆਉਗੀ ਤੇ ਇਹਨੂੰ ਆਪਾਂ ਲੰਮਾ ਪਾ ਲੈਣਾ ਤੀਜੀ ਮੋਟਰ ਵੇਲੇ ਜਦੋਂ ਆਹ ਮੋਟਰ ਦਾ ਬੈਲੈਂਸ ਕਰਨਾ ਤੇ ਐਸ ਲੋਟਾ ਮੈਂ ਇਹਨੂੰ ਖੜਾ ਕੇ ਸਿੱਧਾ-ਸਿੱਧਾ ਤੇ ਆਹ ਮੋਟਰ ਦਾ ਬੈਲੈਂਸ ਕਰਨਾ ਇਹ ਮੋਟਰ ਦਾ ਬੈਲੈਂਸ ਆਏ ਚੱਕ ਕੇ ਦੇਖਣਾ ਹੁਣ ਤਾਂ ਚ ਕੀ ਹੁੰਦੀ ਨਾ ਇਧਰ ਲਈ ਸੂਤ ਕਿਤੇ ਫਰਕ ਪੈ ਜਾਂਦਾ ਬਈਓ ਜਮਾ ਸੂਤ ਕਿਤੇ ਆ ਲੈ ਲੈ ਵੀ ਹੁਣ ਸਿੱਧਾ ਸਿੱਧਾ ਉੱਠ ਖੜਾ ਨਾ ਤਾਂ ਹੁਣ ਇਹ ਸੈੱਟ ਹੈ ਹੁਣ ਇਹ ਕਿਸੇ ਪਾਸੇ ਨੀਮਾ ਨਹੀਂ ਹੁੰਦਾ ਕਿਸੇ ਪਾਸੇ ਦਾ ਬੈਲੈਂਸ ਹੈ ਜਿਹੜਾ ਵਿਗੜਦਾ ਨਹੀਂ ਜਿਵੇਂ ਆਪਾਂ ਧਰ ਲਿਆ ਉਹ ਵੀ ਚੱਕਿਆ ਜਾਣਾ ਚਾਹੀਦਾ ਮੋਟਰ ਹੱਲਣੀ ਨਹੀਂ ਚਾਹੀਦੀ ਕੋਈ ਵੀ ਆ ਦੇਖੋ ਹੁਣ ਇਹਦਾ ਬੈਲੈਂਸ ਹੋ ਗਿਆ ਪ੍ਰੋਪਰ ਤੇ ਪਤੰਦਰ ਨੇ ਜੋਰ ਬਹੁਤ ਲਵਾਤਾ ਮੁੜਕੋ ਮੁੜਕੀ ਕਰਤੇ ਹੁਣ ਇਸ ਤੋਂ ਬਾਅਦ ਆਪਾਂ ਇਹਨੂੰ ਸਟਾਰਟ ਕਰ ਸਕਦੇ ਹਾਂ ਬਰਤਨ ਲਈ ਇਹ ਤਿਆਰ ਹੈ ਆ ਦੇਖੋ ਐਸ ਲੋਡਾਂ ਖੜਨਾ ਚਾਹੀਦਾ ਜਿੱਥੇ ਖਲਿਆਰਤਾ ਜੇ ਹਿੱਲੇ ਨਾ ਜੇ ਇਧਰ ਉਧਰ ਡੋਲਦਾ ਐ ਡੋਲਦਾ ਕਿਸੇ ਪਾਸੇ ਨੂੰ ਐ ਖੜ ਨਹੀਂ ਸਕਦਾ ਸਿੱਧਾ ਤਾਂ ਇਹਦਾ ਬੈਲੈਂਸ ਗੜਬੜਾ ਦੁਬਾਰੇ ਚੈੱਕ ਕਰ ਲਓ ਤੇ ਆ ਦੇਖੋ ਹੁਣ ਇਹਨੂੰ ਕਿਵੇਂ ਕਮਾਈ ਚੱਲੇ ਕਿ ਉੱਥੀ ਇਹਨੇ ਖੜ ਜਾਣਾ ਜਿੱਥੇ ਖਲਿਆਰਤਾ ਲੈ ਵੀ ਜਿੱਥੇ ਖਲਿਆਰਦਾਂਗੇ ਉੱਥੇ ਖੜਜੋ ਤੇ ਲੈ ਵੀ ਕੁਝ ਕਰਨ ਹੁਣ ਉਹ ਰੇਲੇ ਨੇੜੇ ਲਿਆ ਆਪਾਂ ਹੁਣ ਇਹਦੇ ਥੋੜੇ ਜਿਹਾ ਫੰਕਸ਼ਨ ਦੱਸ ਦਈਏ ਬੈਲੀ ਨੂੰ ਹੁਣ ਇਹਦੂ ਬਾਦ ਬੈਲੀ ਉਹ ਇੱਥੋਂ ਆਉਣ ਹੋ ਜੂ ਠੀਕ ਹੈ ਆ ਆਉਣ ਹੋ ਗਿਆ ਆਪਣੇ ਆਪ ਨੇ ਸਿੱਧਾ ਹੋ ਜਾਣਾ ਤੇ ਇੱਥੋਂ ਹੋਂ ਹੋ ਜਾਂਦਾ ਕੈਮਰਾ ਕੈਮਰੇ ਨੂੰ ਆਪਾਂ ਬਿਲਿਓ ਆਟੋਮੈਟਿਕਲੀ ਲਾ ਦਿੰਨੇ ਆ ਬਸ ਤਾਂ ਤਾਰ ਲੱਗ ਜਾਂਦੀ ਆ ਕੈਮਰੇ ਦੀਆਂ ਸੈਟਿੰਗ ਆਪਾਂ ਆਪਦੇ ਹਿਸਾਬ ਨਾਲ ਕਰ ਸਕਦੇ ਆ ਤੇ ਆਹ ਦੇਖੋ ਹਣ ਇਹਦੇ ਤੁਹਾਨੂੰ ਥੋੜੇ ਜਿਹਾ ਸਮਝਾ ਦਿਆਂ ਇਸ ਤੋਂ ਬਾਅਦ ਆਹ ਕਰਕੇ ਐਡਵਾਂਸ ਚ ਜਾ ਕੇ ਇੱਕ ਵਾਰੀ ਬੈਲੈਂਸਡ ਜ਼ਰੂਰ ਚੈੱਕ ਕਰ ਲੈਦਾ ਵੀ ਠੀਕ ਆ ਹੁਣ ਇਹ ਆਪੇ ਉੱਤੇ ਥੱਲੇ ਹੋਊਗਾ ਇਹ ਦੇਖੀ ਜਾਇਓ ਆਪੇ ਚੈੱਕ ਕਰੂਗਾ ਵੀ ਸਾਰਾ ਸੈਟਾ ਕੰਮ ਆ ਮੇਰਾ ਉਹ ਮੋਟਰ ਤੇ ਜੁੜੋੜ ਤਾਂ ਨਹੀਂ ਪੰਦਾ ਜਿਆਦੇ ਤਾਂ ਨਹੀਂ ਕੋਈ ਡੰਗਪੰਗਾ ਕੰਮ ਟੇਡਾ ਤਾਂ ਨਹੀਂ ਹੋਇਆ ਪਿਆ ਤੇ ਜਦੋਂ ਬੈਲੈਂਸ ਚੈੱਕ ਕਰ ਲਿਆ ਤਦ ਦੋ ਵਾਰੇ ਸੈੱਟ ਕਰ ਲਓ ਤੇ ਹੁਣ ਤੁਹਾਨੂੰ ਇਹਨੂੰ ਵਰਤ ਕੇ ਦਿਖਾਉਣੇ ਆ ਤੇ ਸ਼ਾਰਟ ਕੱਟ ਕੇ ਦਿਖਾਉਣੇ ਆ ਤੇ ਜਿਵੇਂ ਤੁਹਾਨੂੰ ਦੱਸਿਆ ਵੀ ਇਹ ਹੱਲਣ ਤਾਂ ਦਿੰਦੇ ਹੀ ਨਹੀਂ ਇਹ ਬਤੰਦਰ ਚੀਜ਼ ਨੂੰ ਤੇ ਸ਼ਾਰਟ ਆਪਣੇ ਕੋਲੇ ਜੱਟਾਂ ਕੋਲੇ ਜਾਂ ਤਾਂ ਘੀਰੇ ਹੁੰਦੇ ਆ ਤੇ ਜਾਂ ਹੁੰਦੇ ਆ ਦਰਖਤ ਹੁਣ ਇੱਕ ਵਾਰੀ ਇਹਦੀਆਂ ਆ ਦੇਖੋ ਬਿੱਲੀ ਉਹ ਆਪਾਂ ਤਿੰਨੇ ਮੋਟਰਾਂ ਲੌਕ ਕਰਤੀਆਂ ਤਿੰਨੇ ਮੋਟਰਾਂ ਲੌਕ ਆਈ ਜਾਂਦੀਆਂ ਨੇ ਤੇ ਹੁਣ ਇਹਨੇ ਇਧਰ ਹੀ ਝਾਕੀ ਜਾਣਾ ਥੋੜੇ ਕੰਨੀ ਕੈਮਰੇ ਨੂੰ ਆਪਾਂ ਇਹਨੂੰ ਜਿੱਧਰ ਮਰਜ਼ੀ ਘੁਮਾਈ ਜਾਵਾਂ ਮੈਂ ਆ ਲੈ ਜਿੱਧਰ ਮਰਜ਼ੀ ਘੁਮਾਈ ਜਾਵਾਂ ਇਹਨੇ ਨਹੀਂ ਮਾਂ ਦੇ ਛੇਰ ਨੇ ਹਿੱਲਣਾ ਇਹਨੇ ਉੱਥੇ ਹੀ ਖੜਾ ਰਹਿਣਾ ਇਹ ਕਹਿੰਦਾ ਮੈਂ ਨਹੀਂ ਹੁਣ ਹਲਦਾ ਲੈ ਇਹਨੇ ਛੇਰ ਬੱਗੇ ਨੇ ਉੱਥੇ ਹੀ ਖੜਾ ਰਹਿਣਾ ਇਹ ਨਹੀਂ ਹਲਦਾ ਹੁਣ ਤੇ ਇਸ ਤੋਂ ਬਾਅਦ ਜੇ ਆਪਾਂ ਇਹਦੀਆਂ ਸੈਟਿੰਗਾਂ ਹੋਰ ਬਹੁਪਾਂ ਵੀ ਜੇ ਹੁਣ ਆਹ ਮੋਟਰ ਨੂੰ ਆਪਾਂ ਐ ਹੱਥ ਲਾਵਾਂਗੇ ਤਾਂ ਹੁਣ ਇਹਨੇ ਉਧਰ ਘੁੰਮੀ ਜਾਣਾ ਤੇ ਚੱਲਣਾ ਇਹਨੇ ਬਹੁਤ ਸਮੂਥ ਬਹੁਤ ਸੌਫਟ ਚੱਲਣਾ ਕੋਈ ਐ ਨਹੀਂ ਲੱਗਦਾ ਵੀ ਇਹਦੇ 'ਚ ਉਹ ਹੋ ਜੂਗਾ ਤੇ ਇੱਕ ਤੁਹਾਨੂੰ ਇਹਦੇ ਹੋਰ ਦਿਖਾਉਣਾ ਫੰਕਸ਼ਨ ਵਾਲੇ ਤੁਹਾਨੂੰ ਸ਼ਾਰਟ ਹੈ ਤੇ ਮੈਂ ਬਾਅਦ 'ਚ ਕੱਢ ਕੇ ਦਿਖਾਉਂਗਾ ਇਸ ਤੋਂ ਬਾਅਦ ਬਿਲਿਓ ਫੋਨ 'ਤੇ ਹੋਰ ਜੰਤਰ-ਮਾਤਰ ਦਿਖਾਉਣਾ ਇਹ ਫੋਨ ਨਾਲ ਕਨੈਕਟ ਹੋ ਜਾਂਦਾ ਫੋਨ ਨਾਲ ਕਨੈਕਟ ਹੋ ਜਾਂਦਾ ਇਹਦੀ ਐਪਲੀਕੇਸ਼ਨ ਹੁੰਦੀ ਆ ਮੋਜਾ ਮਾਸਟਰ ਕੋਈ ਇਹਦੇ ਕੰਪਨੀ ਦੇ ਨਾਂ 'ਤੇ ਤੇ ਬਿਲਿਓ ਆਹ ਇਹਦੀ ਆਹ ਇਹਦੀ ਐਪਲੀਕੇਸ਼ਨ ਹੁੰਦੀ ਆ ਫੋਨ 'ਚ ਇਹ ਖੋਲ ਕੇ ਇਹ ਕੈਮਰੇ ਨਾਲ ਇਹਦੇ ਨਾਲ ਗਿੰਬਲ ਨਾਲ ਕਨੈਕਟ ਹੋ ਜਾਂਦਾ ਫੋਨ ਤੇ ਫੋਨ ਵਿੱਚ ਵੀ ਇਹਦੇ ਬਹੁਤ ਸਾਰੇ ਫੰਕਸ਼ਨ ਆ ਜਿਵੇਂ ਹੁਣ ਆਹਾ ਇੱਕ ਦਾ ਆਹ ਜੋਇਸਟਿਕ ਜੀ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਹੁਣ ਜਿਵੇਂ ਦੇ ਆ ਦੇਖੋ ਇਹਨੇ ਹੁਣ ਫੋਨ ਤੋਂ ਕੰਟਰੋਲ ਹੋਈ ਜਾਣਾ ਮੈਂ ਇਹਨੂੰ ਕੋਈ ਹੱਥ ਨਹੀਂ ਲਾਉਂਦਾ ਜਿੱਧਰ ਆਪਾਂ ਇਹਦਾ ਮੂੰਹ ਕਰਨਾ ਚਾਹਣੇ ਆ ਉਧਰ ਕਰੀ ਚੱਲੂਗਾ ਤੇ ਆ ਗੈਸ ਸੈੱਟ ਸ਼ੂਟ ਕਰਨ ਵਾਲਾ ਰੀਸੈਂਟਰ ਕਰਨਾ ਫੇਰ ਸਿੱਧੇ ਸਿੱਧੇ ਸਾਹਬ ਕਿਤਾਬਾ ਬਿੱਲੀ ਉਹਦਾ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣਾ ਦੀ ਆਹ ਦੇਖੋ ਹੁਣ ਆਹ ਦੇਖੋ ਜਿਵੇਂ ਆਪਾਂ ਫੋਨ ਹਿਲਾਵਾਂਗੇ ਉਹਵੇਂ ਇਹਨੇ ਹਿੱਲੀ ਜਾਣਾ ਹੁਣ ਤੁਹਾਨੂੰ ਇਹਦੇ ਸ਼ਾਰਟ ਦਿਖਾਉਣੇ ਆ ਕੁਝ ਵੀਡੀਓ ਚ ਤੁਸੀਂ ਸ਼ਾਰਟ ਵੀਡੀਓ ਦੇਖ ਲਓ ਤੇ ਕਿੰਨਾ ਕ ਸਿੱਧਾ-ਸਿੱਧਾ ਇਹ ਚੱਲਦਾ ਹੈ ਇਮਲ ਬਿਲਕੁਲ ਹੁਣ ਖੁਸ਼ ਕਰਨ ਤੁਹਾਨੂੰ ਕੱਢ ਕੇ ਦਿਖਾਉ ਸ਼ੌਟ ਕੰਮ ਵੀ ਇਸੇ ਦੇ ਹੀ ਸ਼ਾਰਟਕਟ ਨਾਲ ਤੇ ਆ ਤੁਸੀਂ ਫੋਨ ਵਾਲੀ ਵੀਡੀਓ ਦੇਖ ਸਕਦੇ ਹੋ ਕਿੰਨੀ ਹਲਦੀ ਆ ਤੇ ਕੈਮਰੇ ਵਾਲੀ ਜਮਾਂ ਇਹ ਚਲਦੀ ਹੋ ਮਲਾਈ ਵਾਂਗੂ ਪਿੱਛੇ ਪਾਥੀਆਂ ਆੜੀਆਂ ਬਤ ਕੇ ਤੇ ਇਹ ਵੈਲੀਓ ਬਸ ਆਪਾਂ ਨੂੰ ਘੂੜੀਆਂ ਘੂੜੀਆਂ ਦੇ ਸ਼ਾਰਟਕਟਾਂ 'ਚ ਬਹੁਤ ਦਿੱਕਤ ਆਉਂਦੀ ਸੀ ਪਤੰਦਰ ਕੈਮਰਾ ਕਿਸੇ ਪਾਸੇ ਫਿਰਦਾ ਹੁੰਦਾ ਸੀ ਆਪ ਦਾ ਮੂੰਹ ਕਿਸੇ ਪਾਸੇ ਹੁੰਦਾ ਸੀ ਤਾਂ ਹੀ ਇਹ ਚੀਜ਼ ਲਈ ਆ ਯੰਤਰ ਮੰਤਰ ਇਹਦਾ ਬਹੁਤ ਵਧੀਆ ਵੀਡੀਓ ਦਾ ਕਮੈਂਟ ਕਰਕੇ ਵੀਡੀਓ ਚ ਜਰੂਰ ਦੱਸੋ ਕਹਰ ਜੀ ਲੱਗੀ ਕਿਵੇਂ ਲੱਗਿਆ ਆਪਣਾ ਸੰਦ ਤੇ ਹੋਰ ਵੀਡੀਓ ਦੇਖਣ ਲਈ ਆਪਣਾ ek tv punjab ਚੈਨਲ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ